ਦੀ ਗੱਲ ਥੋੜੀ ਬਣਦੀ ਯਾਰ। ਪਾਰਟੀ ਸੀ ਸੀਐਮ ਸਾਹਿਬ ਤਾਂ ਆਮ ਆਦਮੀ ਜੇ ਨਾ ਹੁਣ ਪਾਰਟੀ ਦੇ ਸੀਐਮ ਤਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਸੋਚ ਤੁਸੀਂ ਕੀ ਬਾਹਰ ਕੀ ਗੱਲ ਹੋਈ ਆ, ਉਸ ਗੱਲ ਨੂੰ ਕੀ ਤੂਲ ਦਿੱਤਾ ਜਾ ਰਿਹਾ ਉਹ ਮੈਨੂੰ ਨਹੀਂ ਪਤਾ ਹਜੇ, ਮੈਨੂੰ ਕੋਈ ਦੱਸ ਰਿਹਾ ਕੋਈ ਕੀ ਗੱਲ ਕਹਿ ਰਿਹਾ। ਐਕਚੁਅਲੀ ਕੀ ਗੱਲ ਆ ਕਿ ਜਦੋਂ ਅਸੀਂ ਉਹ ਤਸਵੀਰ ਖਿਚਾ ਰਹੇ ਸੀਗੇ, ਬੜਾ ਖੁਸ਼ਨੁਮਾ ਮਾਹੌਲ ਸੀਗਾ, ਸਾਰਿਆਂ ਨੂੰ ਹੁੰਦੀ ਆ ਸ਼ਹਿਰ ਦੀ ਤਰੱਕੀ ਦੇ ਲਈ, ਤਾਂ ਜਦੋਂ ਮੈਂ ਉਹਦੇ 'ਤੇ ਇੱਕ ਪੋਸਟਰ ਦੇਖਿਆ, ਮੈਂ ਬੜੇ ਪਰਦੇ ਦੇ ਨਾਲ ਈਓ ਸਾਹਿਬ ਅਤੇ ਪ੍ਰਧਾਨ ਨਗਰ ਕੌਂਸਲ ਖੰਨਾ ਦੇ ਧਿਆਨ 'ਚ ਲਿਆ ਕਿ ਸੈਨੀਟੇਸ਼ਨ ਵਿਭਾਗ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਸੀਗਾ ਕਿ ਜਿਹੜੇ ਵੀ ਸਟੀਕਰ ਇਹਦੇ 'ਤੇ ਲੱਗੇ ਨੇ ਉਹਦੇ 'ਤੇ ਮੁੱਖ ਮੰਤਰੀ ਸਾਹਿਬ ਜਾਂ MLA ਸਾਹਿਬ ਦੀ ਫੋਟੋ ਲੱਗੀ ਹੈ ਤਾਂ ਨਗਰ ਕੌਂਸਲ ਦਾ ਜ਼ਿਕਰ ਹੋਣਾ ਚਾਹੀਦਾ ਸੀ। ਮੁੱਖ ਮੰਤਰੀ ਅਤੇ MLA ਸਾਹਿਬ ਦੀਆਂ ਭਾਵੇਂ ਦੋ ਫੋਟੋਆਂ ਲਾ ਦਿਉ, ਉਹ ਇੱਕ ਅਲੱਗ ਮਸਲਾ, ਬਟ ਉੱਪਰ ਆਮ ਆਦਮੀ ਪਾਰਟੀ ਦਾ ਸਿੰਬਲ ਔਰ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਹੋਇਆ ਵੀ ਇਹ ਸਰਕਾਰੀ ਚੀਜ਼ 'ਤੇ ਨਹੀਂ ਹੋਣਾ ਚਾਹੀਦਾ, ਵੀ ਅੱਗੇ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖੋ। ਔਰ ਮੈਨੂੰ ਨਹੀਂ ਲੱਗਦਾ ਵੀ ਉਹ ਗੱਲ ਸਾਡੇ ਇੰਨੀ ਭੀੜ 'ਚ ਵੀ ਤੀਸਰੇ ਤੋਂ ਚੌਥੇ ਗੱਲ ਨੂੰ ਬੰਦੇ ਨੂੰ ਪਤਾ ਲੱਗੇ। ਤਾਂ ਪਾਠਕ ਸਾਹਿਬ ਨੇ ਪੁੱਛ ਲਿਆ ਵੀ ਕੀ ਗੱਲ ਹੋ ਗਈ, ਮੈਂ ਕਿਹਾ ਵੀ ਆਹ ਗੱਲ ਹੈ ਵੀ ਚਲੋ ਅਸੀਂ ਮੈਂ ਇਹਨਾਂ ਨੂੰ ਪਰਦੇ ਦਾ, ਤਾਂ ਉਹਨਾਂ ਨੇ ਬੜਾ ਜਜ਼ਬਾਤੀ ਹੋ ਕੇ ਭੜਕਾਉਣ ਦੀ ਜਿਹੜਾ ਹੈ ਕੋਸ਼ਿਸ਼ ਕੀਤੀ ਵੀ ਇਹ ਤਾਂ ਨਹੀਂ ਨਹੀਂ ਨਾ 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 ਸੁਣੋ ਨਾ ਸੁਣ ਨਾ 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 ਸੁਣੋ ਸੁਣੋ ਮੇਰੀ ਗੱਲ ਹੈ ਸੁਣੋ ਮੇਰੀ ਗੱਲ ਮੇਰੀ ਗੱਲ ਤੁਸੀਂ ਆਪਣੀ ਗੱਲ ਜਿਹੜਾ ਸੈਕਿੰਡ ਗੱਲ ਜਿਹੜੀ ਗੱਲ ਹੋਇਆ, ਤਾਂ ਫਿਰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਿਹਦੀ ਵੀ ਪਾਰਟੀ ਹੁੰਦੀ ਆ ਉਹ ਤਾਂ ਆਪਣਾ ਨਾਮ ਕਰਦੀ ਹੁੰਦੀ ਆ, ਇਹ ਨਹੀਂ ਕੋਈ ਹਟਾ ਸਕਦਾ ਇਹਨੂੰ। ਮੈਂ ਕਿਹਾ ਇਹ ਗੱਲ ਨਹੀਂ ਹੈ ਕਿ ਕੋਈ ਨਹੀਂ ਹਟਾ ਸਕਦਾ, ਠੀਕ ਹੈ ਨਾ, ਵੀ ਆਹ ਲਓ ਹਟਾਉਣ ਵਾਲੇ ਤਾਂ ਹਟਾ ਦਿੰਦੇ ਨੇ, ਵੀ ਆਪਾਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਹਟਾ ਸਕਦੇ, MLA ਸਾਹਿਬ ਦੀ ਨਹੀਂ ਹਟਾ ਸਕਦੇ, ਪਰ ਮੈਂ ਸਰਕਾਰੀ ਚੀਜ਼ 'ਤੇ ਜਿਹੜਾ ਹੈ ਵੀ ਜੇ ਪਾਰਟੀ ਦਾ ਨਾਮ ਜਾਂ ਸਿੰਬਲ ਹੈ ਵੀ ਮੈਂ ਨਗਰ ਕੌਂਸਲ ਦਾ ਮੈਂਬਰ ਹਾਂ, ਵੀ ਮੈਂ ਇਹ ਕਰ ਸਕਦਾ ਵੀ ਜੇ ਤੁਸੀਂ ਕਾਰਵਾਈ ਕਰਾਉਣੀ ਕਰਾ ਲਓ, ਆਹ ਲਓ ਮੈਂ ਕਰਤਾ। ਨਾ ਮੁੱਖ ਮੰਤਰੀ ਸਾਹਿਬ ਦੀ ਫੋਟੋ ਛੇੜੀ, ਨਾ MLA ਸਾਹਿਬ ਦੀ, ਨਾ ਉਹਦੇ 'ਤੇ ਲਿਖਿਆ, ਮੈਂ ਤਾਂ ਪੂਰਾ ਪੜ੍ਹਿਆ ਵੀ ਨਹੀਂ, ਮੈਂ ਤਾਂ ਇਹ ਦੇਖਿਆ ਵੀ ਨਗਰ ਕੌਂਸਲ ਖੰਨਾ ਜਾਂ ਪ੍ਰਧਾਨ ਦੀ ਨਹੀਂ ਹੈ, ਉਹ ਇੱਕ ਅਲੱਗ ਮਸਲਾ। ਬਟ ਕੋਈ ਆਮ ਆਦਮੀ ਪਾਰਟੀ ਠੀਕ ਹੈ ਆਪਣੇ ਜੋਗਾ ਜੋ ਕਾਰਵਿਹਾਰ ਕਰਦੇ ਆ, ਉਹਨਾਂ ਨੂੰ ਜਿਹੜਾ ਹੈ ਮੁਬਾਰਕ ਹੈ, ਭਲੇ ਦਾ ਕੰਮ ਕਰਦੇ ਹਾਂ ਅਸੀਂ ਵੀ ਜਿਹੜਾ ਹੈ ਨਾਲ ਹਾਂ, ਪਰ ਜੇ ਕੋਈ ਸਾਡੇ ਨਗਰ ਕੌਂਸਲ ਖੰਨਾ ਜਾਂ ਸਰਕਾਰਕ ਅਦਾਰੇ ਦੇ ਵਿੱਚ ਕੋਈ ਚੀਜ਼ ਹੁੰਦੀ ਆ, ਤਾਂ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਉੱਥੇ ਸਿੰਬਲ ਜਾਂ ਪਾਰਟੀ ਦਾ ਨਾਮ ਨਹੀਂ ਹੋਣਾ ਚਾਹੀਦਾ। ਤਾਂ ਉਹ ਮੈਨੂੰ ਕਹਿੰਦਾ ਨਹੀਂ ਕੋਈ ਕੱਟ ਸਕਦਾ, ਮੈਂ ਕਹਿ ਲਓ ਕੱਟਤਾ। ਤਾਂ ਉੱਥੇ ਉਹਨਾਂ ਨੇ ਥੋੜ੍ਹਾ ਜਿਹਾ ਦੇਖੋ ਉਮਰ ਦਾ ਤਕਾਜ਼ਾ ਵੀ ਹੈਗਾ, ਗੱਲ ਕਰਦੇ ਹੋਏ ਬਹਿਸ ਕਰਦੇ ਹੋਏ ਉਹ ਬੜਾ ਕੁਛ ਕਹਿ ਕੇ ਉਹਨਾਂ ਕੋਲ ਗਾਲ ਵੀ ਨਿਕਲ ਗਈ। ਤਾਂ ਉਹਨਾਂ ਨੇ ਕਿਹਾ ਵੀ ਨਿਕਲ ਗਈ ਵੱਖਰੀ ਗੱਲ ਹੈ, ਪਰ ਜੇ ਹੈ ਤਾਂ ਜੇ ਤੁਸੀਂ ਕੱਢਣਾ ਚਾਹੁੰਦੇ ਤਾਂ ਹੁਣ ਕੱਢ ਕੇ ਦੇਖੋ। ਤਾਂ ਮੇਰੇ ਸਾਥੀਆਂ ਨੇ ਵੀ ਕਿਹਾ, ਤਾਂ ਉਸ ਗੱਲ 'ਤੇ ਉਹਨਾਂ ਨੇ ਨਾਲ ਦੇ ਆਪਣੇ ਸਾਥੀਆਂ ਨੂੰ ਇਕੱਠਾ ਕੁੱਠਾ ਜਿਹਾ ਕੀਤਾ ਤਾਂ ਰੌਲਾ ਪਾਉਣ ਲੱਗੇ। ਜਿਹੜੀ ਐਕਚੁਅਲੀ ਗੱਲ ਸੀ, ਪਹਿਲਾਂ ਬੜੀ ਸ਼ਾਂਤੀ ਨਾਲ ਸੀ,
ਕੋਈ ਉੱਥੇ ਕਿਸੇ ਗੱਲ ਦਾ ਰੌਲਾ ਨਹੀਂ ਸੀ। ਆਪ ਹੀ ਇਸ ਗੱਲ ਦਾ ਰੌਲਾ ਪਾਇਆ ਕਿਉਂਕਿ ਉਹ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਪਤਾ ਨਹੀਂ। ਦੇਖੋ ਗਰਮਾ ਗਰਮੀ ਕੋਈ ਨਹੀਂ ਹੋਈ, ਇਹ ਜਿਹੜੀਆਂ ਸਰਕਾਰਾਂ ਨੇ ਨਾ ਇੱਕ ਜਦੋਂ ਮਹੂਰਤ ਕਰਦੀ ਹੁੰਦੀ ਨਾ ਸਰਕਾਰਾਂ ਦੇ ਸਟਿੱਕਰ ਵੀ ਲੱਗਦੇ ਹੁੰਦੇ ਨੇ, ਝੰਡੇ ਵੀ ਲੱਗਦੇ ਹੁੰਦੇ, ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਇਹ ਸਟਿੱਕਰ ਪਾੜਨ ਲੱਗੇ ਨੇ ਸਾਡੇ ਆਪਣੇ ਕੌਂਸਲਰ ਸਾਹਿਬ ਨੇ ਆ ਕੇ ਸਟਿੱਕਰ ਦੇ ਉੱਪਰ ਪੈਨ ਦੇ ਨਾਲ ਕਾਟਾ ਮਾਰਿਆ, ਉਹਨੂੰ ਪਾੜਿਆ ਉਹਨੂੰ ਆ ਕੇ ਇਹ ਕੰਮ ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਬਾਕੀ ਜ਼ਿਆਦਾ ਐਮ ਐਲ ਏ ਸਾਹਿਬ ਨੇ ਜਵਾਬ ਦੇ ਹੀ ਦਿੱਤਾ ਸਰ, ਨਹੀਂ ਕੋਈ ਮੈਂ ਗਾਲ ਨਹੀਂ ਕੱਢੀ। ਨਹੀਂ ਜੀ ਜਿਹੜਾ ਦੇਖੋ ਪਾਰਟੀਆਂ ਦੇ ਸਟਿੱਕਰ ਲੱਗਦੇ ਹੁੰਦੇ ਨੇ, ਜਦੋਂ ਉਹਨਾਂ ਨੇ ਉਦਘਾਟਨ ਕਰਨੇ ਉੱਥੇ ਹੋਰ ਕਿਤੇ ਲੱਗਣਗੇ, ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਸਟਿੱਕਰ ਤਾਂ ਉਹਨਾਂ ਦੀ ਲੱਗਣੇ ਹੁੰਦੇ। ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਜਿਸ ਦਿਨ ਦੀ ਕੌਂਸਲ ਬਣੀ ਹੋਊਗੀ ਪਹਿਲੀ ਵਾਰ ਹੋਇਆ ਹੋਊਗਾ ਕਿ ਇੰਨੀਆਂ ਅਤਿ ਆਧੁਨਿਕ ਮਸ਼ੀਨਾਂ ਅਤੇ ਇੰਨੀ ਜ਼ਿਆਦਾ ਮਸ਼ੀਨਰੀ ਹੈ ਜਿਹੜੀ ਉਹ ਐਡ ਹੋ ਰਹੀ ਹੋਵੇ। ਸੋ ਇਸ ਗੱਲ ਲਈ ਮੈਂ ਪੂਰੇ ਖੰਨੇ ਨੂੰ ਮੁਬਾਰਕਬਾਦ ਦਿੰਦਾ। ਭਾਈ ਜਾਣ ਦਿਓ ਜੀ ਕੀ ਫਰਕ ਪੈਣਾ, ਇਹਨਾਂ ਦੇ ਪੱਲੇ ਕਾਟੀ ਤਾਂ ਰਹਿ ਗਏ ਜੀ, ਹੋਰ ਹੈ ਕੀ। ਪਹਿਲਾਂ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਤੇ, ਹੁਣ ਇਹਨਾਂ ਦੇ ਪੱਲੇ ਕਾਟੀ ਨੇ, ਹੋਰ ਹੈ ਕੀ ਨੇ, ਮਾਰਨ ਦੋ ਇਹਨਾਂ ਨੂੰ। ਇਹ ਤਾਂ ਬਹੁਤ ਚੰਗੀ ਗੱਲ ਹੈ, ਕਾਟੇ ਮਾਰ ਰਹੇ ਨੇ, ਪਤਾ ਕਿਉਂ? ਕੋਈ ਗੱਲ ਨਹੀਂ, ਮੈਂ ਕਿਹਾ ਜੀ ਗੱਲ ਸੁਣੋ, ਦੇਖੋ ਜੀ ਹੋਰ ਕਿਹਦੀ ਲੱਗੂਗੀ ਜੀ, ਹੋਰ ਉੱਥੇ ਜਿਹਨਾਂ ਨੇ ਪਾੜੇ ਨੇ ਪੋਸਟਰ ਉਹਨਾਂ ਦੀ ਲੱਗਣੀ ਚਾਹੀਦੀ ਹੈ ਫੋਟੋ। ਜਿਹੜੀ ਸਰਕਾਰ ਹੁੰਦੀ ਹੈ, ਜਿਸ ਸਰਕਾਰ ਨੇ ਐਡਾ ਵੱਡਾ ਉਪਰਾਲਾ ਕੀਤਾ, ਜਿਸ ਸਰਕਾਰ ਨੇ, ਜਿਸ ਸਰਕਾਰ ਦੇ ਅਫਸਰਾਂ ਨੇ ਦਿਨ ਰਾਤ ਮਿਹਨਤ ਕਰਕੇ ਖੰਨੇ ਨੂੰ ਸੋਹਣਾ ਬਣਾਉਣ ਲਈ, ਸਾਫ਼ ਸੁਥਰਾ ਬਣਾਉਣ ਲਈ ਦਿੱਤੇ, ਉਰੇ ਮਸ਼ੀਨਰੀ ਲਿਆ ਕੇ ਦਿੱਤੀ ਹੈ, ਤਾਂ ਉਸ ਸਰਕਾਰ ਦੀ ਤਾਂ ਫੋਟੋ ਲੱਗੂ ਹੀ ਜੀ। ਜੇ ਕੰਮ ਕਰੂ ਸਰਕਾਰ ਜਾਂ ਕਰੀ ਜਾਵੇ ਜੀ, ਉਹਦੇ ਪੱਲੇ ਕੀ ਹੈ? ਜਾਂ ਤਾਂ ਕੋਈ ਪੱਲੇ ਹੋਵੇ ਉਹਦੇ, ਹੁਣ ਕਾਂਗਰਸ ਦੇ ਪੱਲੇ ਰਿਹਾ ਕੀ ਹੈ? ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਦੇਖਿਓ ਸਹੀ, ਇਹ ਪਹਿਲਾਂ ਤਾਂ ਇਹਨਾਂ ਦੇ ਲੀਡਰ ਦੀ ਜ਼ਮਾਨਤ ਜ਼ਬਤ ਹੋਈ ਹੈ, ਹੁਣ ਜਿਹੜੇ ਭੱਜੇ ਫਿਰਦੇ ਨੇ, ਹੁਣ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਇਹਨਾਂ ਨੂੰ, ਤਾਂ ਖੰਨਾ, ਇਹ ਖੰਨੇ 'ਚੋਂ ਬੇਸਿਕਲੀ ਇਹ ਚਾਹੀਦਾ ਹੀ ਨਹੀਂ, ਇਹ ਖੰਨੇ ਲਈ ਬੇਸਿਕਲੀ ਵਾਇਰਸ ਨੇ ਇਹ। ਕੋਈ ਨਹੀਂ, ਕਰਾਂਗੇ ਓਪਰੇਸ਼ਨ, ਇਹ ਓਪਰੇਸ਼ਨ ਵਾਇਰਸ ਹੈ ਜਿਹੜਾ, ਇਹ ਆਉਣ ਵਾਲੇ ਸਮੇਂ 'ਚ ਹੋਊਗਾ। ਖੰਨੇ 'ਚੋਂ ਕਈ ਤਰ੍ਹਾਂ ਦੇ ਵਾਇਰਸ ਨੇ ਜਿਹੜੇ ਐਲੀਮੀਨੇਟ ਕਰਾਂਗੇ, ਔਰ ਖੰਨੇ ਨੂੰ ਸਾਫ਼ ਸੁਥਰਾ ਬਣਾ ਕੇ ਦਿਖਾਵਾਂਗੇ। ਜਦੋਂ ਇਹਨਾਂ ਦੀ ਸਰਕਾਰ ਸੀ, ਉਦੋਂ ਸੁੱਤੇ ਪਏ ਸੀ 10 ਸਾਲ ਖੰਨੇ ਦੇ ਵਿੱਚ ਲਗਾਤਾਰ ਕਾਂਗਰਸ ਦਾ ਰਾਜ ਰਿਹਾ, ਉਦੋਂ ਕਿੱਥੇ ਸੀਗੇ? ਉਦੋਂ ਬੋਲਦੇ, ਇੱਕ ਡੱਕਾ ਨਹੀਂ ਟੁੱਟਿਆ, ਇੱਕ ਚਮਚ ਨਹੀਂ ਖਰੀਦ ਹੋਇਆ। ਅੱਜ ਹੁਣ ਜੇ ਅੱਜ ਸ਼ਹਿਰ ਤਰੱਕੀ ਕਰ ਰਿਹਾ, ਸ਼ਹਿਰ ਸਾਫ਼ ਸੁਥਰਾ ਹੋ ਰਿਹਾ, ਹੁਣ ਇਹਨਾਂ ਦੇ ਢਿੱਡ ਦੇ ਵਿੱਚ ਵੱਟ ਪੈ ਰਹੇ ਨੇ, ਸੂਲਾ ਚੁੱਭਦੀਆਂ। ਸੋ ਇਸ ਕਰਕੇ ਮੈਂ ਇਹਨਾਂ ਨੂੰ ਜਵਾਬ ਦੇਣੀ, ਮੈਂ ਕਿਸੇ ਨੂੰ ਉਰੇ ਜਵਾਬ ਦੇਣੀ, ਮੈਂ ਆਪਣੇ ਖੰਨੇ ਦੀ 3 ਲੱਖ ਜਨਤਾ ਨੂੰ ਜਵਾਬ ਦੇ ਹਾਂ। ਉਹ ਮੇਰੇ ਲਈ ਸਭ ਤੋਂ ਵੱਧ ਸਤਿਕਾਰਤ ਹੈ, 3 ਲੱਖ ਜਨਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਚੁਣੇ ਹੈ, ਔਰ ਜਿਨ੍ਹਾਂ ਨੇ ਬੜੀ ਆਸ ਅਤੇ ਉਮੀਦ ਨਾਲ ਚੁਣੇ।